ਐਡ ਕਰਨਾ ਚਾਹੁੰਦਾ ਇੱਥੇ ਮਨੀਸ਼ ਜੀ ਉਰੇ ਬੈਠੇ ਨੇ ਇੱਕ ਦਿਨ ਜਦੋਂ ਇਹ ਪ੍ਰਧਾਨ ਸੀ ਆਲ ਇੰਡੀਆ ਯੂਥ ਕਾਂਗਰਸ ਦੇ ਅਸੀਂ ਸੁਖਪਾਲ ਦੇ ਘਰੇ ਗਏ ਸੀ ਤੁਸੀਂ ਮੈਂ ਕੱਲ੍ਹ ਖਹਿਰਾ ਸਾਹਿਬ ਦਾ ਬਿਆਨ ਸੁਣਿਆ ਸੀ ਮੈਨੂੰ ਯਾਦ ਆ ਰਿਹਾ ਸੀ ਕਿ 1998 'ਚ ਜਦੋਂ PCC ਦੇ ਪ੍ਰਧਾਨ ਸੀ ਕੈਪਟਨ ਅਮਰਿੰਦਰ ਸਿੰਘ ਜੀ ਔਰ ਮੈਂ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਸੀ ਅਸੀਂ ਉਚੇਚਾ ਸੁਖਪਾਲ ਦੇ ਘਰ ਗਏ ਸੀ ਉਹਨੂੰ ਇਹ ਕਹਿਣ ਵਾਸਤੇ ਕਿ ਤੂੰ ਪੰਜਾਬ ਯੂਥ ਕਾਂਗਰਸ ਦਾ ਤੇ ਜਿਹੜਾ ਉਹ ਇਹ ਲਾਂਛਨ ਲਾ ਰਿਹਾ ਹੈ ਆਰੋਪ ਲਾ ਰਿਹਾ ਹੈਗਾ ਕਿ ਕਾਂਗਰਸ ਪਾਰਟੀ ਨੂੰ ਦਿੱਤਾ ਕੁਛ ਨਹੀਂ ਹੈ ਕਾਂਗਰਸ ਪਾਰਟੀ ਸ਼ਾਇਦ ਕਦੇ ਇਹੋ ਜਿਹਾ ਮੌਕਾ ਹੁੰਦਾ ਹੈ ਕਿ ਸੂਬੇ ਦਾ ਪ੍ਰਧਾਨ ਔਰ ਹਿੰਦੁਸਤਾਨ ਦਾ ਪ੍ਰਧਾਨ ਤੁਰ ਕੇ ਕਿਸੇ ਦੇ ਘਰ ਜਾਵੇ ਉਹਨੂੰ ਪ੍ਰਧਾਨਗੀ ਦੇਣ ਵਾਸਤੇ ਤੇ ਉਹਨਾਂ ਨੇ ਬਿਲਕੁਲ ਠੀਕ ਕਹੀਏ ਕਪਤਾਨ ਸਾਹਿਬ ਨੇ ਕਿ ਕਦੇ ਬੰਦਣ ਲੱਗਦਾ ਕਿ ਮੇਰੀ ਇੱਥੇ ਗੱਲ ਨਹੀਂ ਬਣਦੀ ਉੱਥੇ ਬਣ ਜੂਗੀ ਤਾਂ ਉੱਥੇ ਉਹ ਚਲਾ ਗਿਆ ਹੈ ਇਸ ਚੀਜ਼ ਨੂੰ ਇੰਨੀ ਕੋਈ ਲੰਬੀ ਚੌੜੀ ਤਰਜੀਹ ਦੇਣ ਦੀ ਲੋੜ ਨਹੀਂ ਹਾਂਜੀ ਕੈਪਟਨ ਸਾਹਿਬ ਇੱਕ ਸਵਾਲ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਦੇਖਿਆ ਗਿਆ ਸੁਖਪਾਲ ਸਿੰਘ ਖਹਿਰਾ ਦਾ ਕੱਲ੍ਹ ਦੇ ਪ੍ਰੋਗਰਾਮ ਦਾ ਜਵਾਬ ਹੈ ਨਹੀਂ ਨਹੀਂ ਕੋਈ ਜਵਾਬ ਨਹੀਂ ਅਸੀਂ ਦੇਣਾ ਦੇਰ ਨਥਿੰਗ ਟੂ ਗਿਵ ਵਾਟ ਇਜ਼ ਦੇਅਰ ਟੂ ਗਿਵ ਅਗਰ ਕੋਈ ਬੰਦਾ ਚਲਾ ਗਿਆ ਚਲਾ ਗਿਆ ਦੇਖੋ ਕਾਂਗਰਸ ਪਾਰਟੀ ਇੱਕ ਬਹੁਤ ਵੱਡਾ ਸਮੁੰਦਰ ਹੈ ਇਹਨੂੰ ਹੋ ਗਏ 100 ਸਾਲ ਤੋਂ ਉੱਪਰ ਇਹ ਪਾਰਟੀ ਨੂੰ 125 ਸਾਲ ਦੇ ਕੋਈ ਔਰ ਕੋਈ ਜਾਣਦਾ ਪ੍ਰੈਜ਼ੀਡੈਂਟ ਕੈਸ਼ ਕੀ ਹੁੰਦਾ CSS ਜੀ ਕੋਆਪਰੇਟਿਵ ਸੋਸਾਇਟੀ ਦਾ ਕੋਆਪਰੇਟਿਵ ਸੋਸਾਇਟੀ ਦਾ ਪ੍ਰਧਾਨ ਐਂਡ ਅਵਤਾਰ ਸਿੰਘ ਜੀ ਸਰਪੰਚ ਈਲਵਾਲ ਰਵਿੰਦਰ ਸਿੰਘ ਜੀ ਸਾਨੀ ਸਰਪੰਚ ਬਿਸ਼ਨਪੁਰਾ ਮਿੱਠੂ ਸਿੰਘ ਜੀ ਸਰਪੰਚ ਜਖੇਪੜ ਗੁਰਮੇਲ ਸਿੰਘ ਜੀ ਲਖਮੀਰ ਵਾਲਾ ਇਹਨਾਂ ਦੇ ਪਿੰਡ ਤੋਂ ਹੀ ਔਰ ਕੋਆਪਰੇਟਿਵ ਸੋਸਾਇਟੀ ਦੇ ਪ੍ਰਧਾਨ ਨੇ ਸ਼੍ਰੀਮਤੀ ਪਾਲ ਕੌਰ ਜੀ ਸਾਬਕਾ ਸਰਪੰਚ ਸ਼੍ਰੀਮਤੀ ਪ੍ਰੀਤ ਇੰਦਰ ਥੈਂਕ ਯੂ ਜੀ ਮਿਹਰਬਾਨੀ ਜੀ ਆ ਜਾਓ ਫਿਰ ਆਮ ਆਦਮੀ ਵਾਲੇ ਹੋ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਇਹਨਾਂ ਨੇ ਆਪਣੇ ਸਾਰੇ ਪ੍ਰਧਾਨ ਸਾਹਿਬ ਨੇ 21 ਮੈਂਬਰ ਆਪਣੇ ਵੈਰੀ ਗੁੱਡ ਚਲੋ